ਪ੍ਰਾਈਵੇਟ ਦੇ ਵਿੱਚ ਔਖਾ ਵਾ ਜੀ, ਪ੍ਰਾਈਵੇਟ 'ਚ ਇਹ ਆ ਵੀ ਜਦੋਂ ਜੋਬ ਤੁਹਾਡੀ ਖਤਮ ਹੋ ਗਈ ਜਾਂ ਤੁਸੀਂ ਛੱਡਤੀ, ਉਹ ਤੋਂ ਬਾਅਦ ਤੁਹਾਨੂੰ ਕੁਛ ਨਾ ਕੁਛ ਸੋਚ ਕਰਨਾ ਪਊਗਾ, ਤਾਂ ਤੁਹਾਡੇ ਕੋਲ ਸੋਰਸ ਆਫ ਇਨਕਮ ਰਹਿਣਾ ਨਹੀਂ, ਤੁਹਾਡਾ ਸੋਰਸ ਆਫ ਇਨਕਮ ਖਤਮ ਹੋ ਜਾਏਗਾ। ਸਟੱਡੀ ਦਾ ਪੈਟਰਨ ਹੁੰਦਾ ਕਿ ਮਿਕਸ ਅਪ ਹੁੰਦੀ ਜਨਰਲ ਨੌਲੇਜ, ਇਹਦੇ ਵਿੱਚ ਸਬਜੈਕਟ ਜਿਹੜੇ ਹੁੰਦੇ ਮਿਕਸ ਅਪ ਹੋ ਗਏ, ਆਪਣੇ ਜਨਰਲ ਨੌਲੇਜ ਹੋ ਗਿਆ, ਰੀਜਨਿੰਗ ਹੋ ਗਿਆ, ਇੰਗਲਿਸ਼ ਹੋ ਗਿਆ, ਮੈਥ ਹੋ ਗਿਆ, ਸਾਰਿਆਂ ਦੀ ਮਲਟੀਪਲ ਚੋਇਸ ਕੁਐਸਚਨ ਹੁੰਦੇ, ਇਹਦੇ ਵਿੱਚ ਆਪਾਂ ਨੇ ਸਟੱਡੀ ਕਰਨੀ ਹੁੰਦੀ ਹੈ। ਉੱਥੇ ਕੀ ਆ ਜਾਂਦਾ ਕਿ ਉੱਥੇ ਕਿਆ ਕਿਆ ਆਪਣੀ ਸਟਰਗਲ ਕਰਾਂਗੇ, ਆਬਵੀਅਸਲੀ ਜਿਹੜਾ ਹੋਏਗਾ ਅਸੀਂ ਉੱਥੇ ਪਾਸ ਕਰਾਂਗੇ। ਕਿਆ ਕਰਾਂ ਕੀ ਕਿਆ ਲੁਧਿਆਣਾ ਚੱਕ ਕੇ ਚੰਡੀਗੜ੍ਹ ਆ ਗਏ, ਚੰਡੀਗੜ੍ਹ ਵਾਲੇ ਜਲੰਧਰ ਜਾ ਰਹੇ ਆ, ਜਲੰਧਰ ਵਾਲੇ ਲੁਧਿਆਣੇ ਜਾ ਰਹੇ ਆ, ਇਹ ਤਾਂ ਤਜਰਬਾ ਹੀ ਹੈਗੀ ਆ ਨਾ, ਓਬਵੀਅਸਲੀ ਗੱਲ ਹੈ ਤਾਂ ਸਾਰਿਆਂ ਲਈ ਸਾਰੇ ਦੂਰੋਂ ਲੈ ਰਹੇ। एक गवर्नमेंट ने फॉर्मेलिटी पूरी की थी, पैसा इकट्ठा किया, पेपर अनाउंस करता, 500 पोस्ट है, लखा फॉर्म भर गया, कोई सूट नहीं, धुप्पे खड़ रहे, पानी गर्म पी रहे हैं, लेडीज भी आई है सरकार ने कहना ही होना की कर सकते हैं सरकार एक पोस्ट मगर इन ज्यादा ਬੇਰੁਜ਼ਗਾਰੀ ਹੋਈ ਪਈ ਆ, ਸਭ ਨੂੰ ਝਾਕ ਆਈ ਵੀ ਸਾਨੂੰ ਕੁਛ ਨਾ ਕੁਛ ਮਿਲ ਜੇ, ਵਧੀਆ ਫਿਊਚਰ ਸਾਡਾ ਬਣ ਜੇ। ਹੁਣ ਅਗਲਾ ਜ਼ਿਆਦਾ ਤੋਂ ਜ਼ਿਆਦਾ ਪੋਸਟ ਇਸ ਕਰਕੇ ਭਰ ਰਿਹਾ ਵੀ ਮੇਰਾ ਫਿਊਚਰ ਬਣ ਜੂਗਾ, ਕੱਲ੍ਹ ਨੂੰ ਜੇ ਕੁਛ ਬਣ ਜਾਏ। ਬਾਕੀ ਸਰਕਾਰ ਦਾ ਹੁਣ ਚਾਹੀਦੀਆਂ ਸਹੂਲਤਾਂ ਜ਼ਿਆਦੀਆਂ ਕੱਢੇ ਅਤੇ ਸਭ ਨੂੰ ਰੁਜ਼ਗਾਰ ਮਿਲੇ। ਬਾਹਰ ਵੀ ਲੋਕ ਤਾਂ ਜਾ ਰਹੇ ਆ ਕਿ ਇੱਥੇ ਰੁਜ਼ਗਾਰ ਨਹੀਂ ਸਹੀ ਮਿਲ ਰਿਹਾ। ਬੱਚਿਆਂ ਨੂੰ ਪੇਪਰ ਲੈਣੇ ਤਾਂ ਨੇੜੇ ਕਿਤੇ ਲੈ ਲੈਣ, ਆਮ ਬੰਦੇ ਨੂੰ ਵੀ ਸੌਖਾ, 4-5 ਹਜ਼ਾਰ ਰੁਪਈਆ ਇੱਕ ਬੱਚੇ ਦਾ ਖਰਚਾ ਹੀ ਆ ਗਿਆ। एक सौखा जहा शब्द है बेरोजगारी, ठीक है। हम सारे बंदे कितने ना कितने प्राइवेट जॉब तक कर रहे हैं, ठीक है, पर एक सिक्योर फ्यूचर के लिए उन्होंने एक गवर्नमेंट जॉब जी चाहिए है हरेक बंद, ठीक है। इतने जिन्हें भी है वो कुछ ना कुछ प्राइवेट जॉब करते हैं, 20,000-25,000-30,000 लेंदे हो, बट फिर भी वो जी सरकारी जी 10-300 वाला ग्रेड हो जाए ਜਾ ਇਸ ਤੋਂ ਇਲਾਵਾ ਹੋ ਜੇ, ਉਹ ਕੁਛ ਨਾ ਕੁਛ ਲੈਣਾ ਚਾਹੁੰਦੇ ਆ ਆਪਣੇ ਫਿਊਚਰ ਨੂੰ ਸਿਕਿਉਰ ਕਰਨ ਦੇ ਲਈ। ਨਹੀਂ ਇਹ ਤਾਂ ਧਾਰਨਾ ਬਣੀ ਨਹੀਂ ਹੋਈ ਇੱਕ ਵੀ ਤਰ੍ਹਾਂ ਦੀ ਵੀ ਕੋਈ ਸਰਕਾਰੀ ਲੱਗ ਗਿਆ ਹੁਣ ਵੀ ਆਪਾਂ ਐਜ ਬਣਾਣਾ ਜਾਂ ਇਦਾਂ ਦੀ ਕੋਈ, ਤਾਂ ਕਰਕੇ ਸਾਰੇ ਇੱਥੇ ਨਹੀਂ ਨਹੀਂ ਇਦਾਂ ਦੇ ਕੁਛ ਨਹੀਂ, ਬਸ ਇਹ ਆ ਵੀ ਥੋੜਾ ਲਾਈਫ ਟਾਈਮ ਦਾ ਉਹਨਾਂ ਨੇ ਹੋ ਜਾਂਦਾ ਵੀ ਜੇ 58 ਈਅਰ ਤੋਂ ਬਾਅਦ, ਠੀਕ ਆ, ਜਿਹੜਾ ਫਿਊਚਰ ਆ ਪੇਰੈਂਟਸ ਦੇ ਵੱਲੋਂ ਜਾਂ ਬੱਚਿਆਂ ਦੇ ਲਈ ਉਹ ਸਾਰਾ ਕੁਛ ਸਿਕਿਉਰ ਹੋ ਜਾਂਦਾ, ਉਹਨਾਂ ਦੀ ਟੈਨਸ਼ਨ ਫ੍ਰੀ ਹੋ ਜਾਂਦਾ ਵੀ ਚਲੋ ਯਾਰ ਪੈਨਸ਼ਨ ਤਾਂ ਹੋਣੀ। ਪ੍ਰਾਈਵੇਟ ਦੇ ਵਿੱਚ ਔਖਾ ਵਾ ਜੀ, ਪ੍ਰਾਈਵੇਟ 'ਚ ਇਹ ਆ ਵੀ ਜਦੋਂ ਜੋਬ ਤੁਹਾਡੀ ਖਤਮ ਹੋ ਗਈ ਜਾਂ ਤੁਸੀਂ ਛੱਡਤੀ, ਉਹ ਤੋਂ ਬਾਅਦ ਤੁਹਾਨੂੰ ਕੁਛ ਨਾ ਕੁਛ ਸੋਚ ਕਰਨਾ ਪਊਗਾ, ਤਾਂ ਤੁਹਾਡੇ ਕੋਲ ਸੋਰਸ ਆਫ ਇਨਕਮ ਰਹਿਣਾ ਨਹੀਂ, ਤੁਹਾਡਾ ਸੋਰਸ ਆਫ ਇਨਕਮ ਖਤਮ ਹੋ ਜਾਏਗਾ। ਸਰਕਾਰੀ ਵੀ ਪੈਨਸ਼ਨ ਆਪਾਂ ਦੇ ਉਹ ਤਾਂ ਹੁਣ ਸਰਕਾਰ ਕੁਛ ਵੀ ਕਰ ਸਕਦੀ ਆ, ਠੀਕ ਹੈ ਨਾ, ਉਹਦੇ ਬਾਰੇ ਤਾਂ ਆਪਾਂ ਕੁਛ ਨਹੀਂ ਕਹਿ ਸਕਦੇ, ਉਹ ਤਾਂ ਰੂਲਸ ਚੇਂਜ ਹੁੰਦੇ ਰਹਿੰਦੇ ਨੇ। ਲੱਗਦਾ ਸੀ ਵੀ ਇੰਨੀ ਦੂਰ ਸੈਕਟਰ ਦੇ ਤਾਂ ਵੀ ਤਾਂ ਵੈਸੇ ਬੇਰੁਜ਼ਗਾਰੀ ਇੰਨੀ ਜ਼ਿਆਦਾ ਵੀ ਨੇੜੇ ਅਗਰ ਹੁੰਦਾ ਤਾਂ ਦੋ ਪੈਸੇ ਦਾ ਸੂਟ ਪਾ ਲੈਂਦੇ। ਇਹ ਤਾਂ ਹੁਣ ਸਰਕਾਰ ਆ ਜੀ, ਟਰਾਂਸਪੋਰਟੇਸ਼ਨ ਵੀ ਉਹਨਾਂ ਨੇ ਚਾਹੀਦੀ ਆ, ਉਹਨਾਂ ਨੇ ਆਪਦਾ ਸੋਰਸ ਆਫ ਇਨਕਮ ਦੇਖਣਾ ਜੀ, ਠੀਕ ਹੈ। ਲੁਧਿਆਣਾ ਨੂੰ ਚੱਕ ਕੇ ਚੰਡੀਗੜ੍ਹ ਆ ਗਿਆ, ਚੰਡੀਗੜ੍ਹ ਵਾਲੇ ਜਲੰਧਰ ਜਾ ਰਹੇ ਆ, ਜਲੰਧਰ ਵਾਲੇ ਲੁਧਿਆਣੇ ਜਾ ਰਹੇ ਆ, ਇਹ ਤਾਂ ਤਜਰਬਾ ਹੀ ਹੈਗੀ ਆ ਨਾ, ਓਬਵੀਅਸਲੀ ਗੱਲ ਹੈ ਤਾਂ ਸਾਰਿਆਂ ਲਈ ਆ, ਮੁਕਤਸਰ ਸਾਹਿਬ ਦਾ ਕਿੰਨਾ ਕਿਲੋਮੀਟਰ ਪੈ ਜਾਂਦਾ? 250 ਕਿਲੋਮੀਟਰ ਉੱਤੇ, 250 ਕਿਲੋਮੀਟਰ ਕਿੰਨਾ ਖਰਚਾ ਫੇਰ ਦਾ ਦੇਖੋ ਕਿੰਨਾ ਵਜੇ ਦਾ ਤੁਰਿਆ ਹੋਊਗਾ ਜੀ, ਇਹ ਕਲੀਅਰ ਕਰੋ, ਠੀਕ ਹੈ ਨਾ। ਮੈਂ ਤਾਂ ਜਿਹੜਾ 2-2.5 ਘੰਟੇ ਲੱਗੇ ਨੇ ਤੇ ਇਹ ਤਾਂ ਕੱਲ੍ਹ ਦੇ ਆਏ ਨੇ, ਅਗਲਾ ਕਹਿੰਦਾ ਵੀ ਹੁਣ ਇਹਨਾਂ ਨੇ ਇੱਕ ਕੰਡੀਸ਼ਨ ਲੱਗੀ ਹੈ ਵੀ 2 ਵਜੇ ਐਂਟਰੀ ਹੈ, 2 ਵਜੇ ਤੋਂ ਬਾਅਦ ਐਂਟਰੀ ਨਹੀਂ ਹੈਗੀ, ਬਾਈ ਚਾਂਸ ਬੰਦਾ 2:05 ਤੇ ਆ ਜੇ,
ਠੀਕ ਹੈ ਤੇ ਇਹਨਾਂ ਨੇ ਐਂਟਰੀ ਦੇਣੀ ਹੋਣੀ ਸੱਤ ਲਾ ਕੇ ਤੁਸੀਂ ਇੱਥੇ ਖੜੇ ਹੋਵੋਗੇ ਦੇਖ ਲਿਓ ਦੋ ਉਮੀਦਵਾਰ ਇਹਨਾਂ ਨੇ ਐਂਟਰੀ ਕਿਸੇ ਨੂੰ ਨਹੀਂ ਦੇਣੀ ਟਾਈਮ ਬੰਨਿਆ ਹੁਣ ਏਦਾਂ ਦੇ ਬੰਦਾ ਫਿਰ ਦੂਰੋਂ ਇੱਥੇ ਜਾ ਕੇ ਡਰਦਾ ਅਗਲਾ ਕਹਿੰਦਾ ਯਾਰ ਅਸੀਂ ਜੋਬ ਲਈ ਵੀ ਚੱਲੇ ਹਾਂ ਟੈਸਟ ਵੀ ਦੇਣਾ ਇਹ ਬੇਰੁਜ਼ਗਾਰੀ ਕਰਕੇ ਬੇਚਾਰੇ ਕੱਲ੍ਹ ਦੇ ਜਾ ਕੇ ਬਹਿ ਗਏ ਇੱਥੇ ਪਤਾ ਨਹੀਂ ਕਿੱਥੇ ਰੁਕੇ ਹੋਣਗੇ ਕਿਹਦੇ ਕੋਲ ਰੁਕੇ ਹੋਣ ਤਿਆਰੀ ਕਰਨਾ ਕਿਵੇਂ ਸ਼ੁਰੂਆਤ ਕੀਤੀ ਕਿੱਦਾਂ ਕੀ ਜਾ ਰਹੇ ਹੋ ਫਾਰਮੈਲਿਟੀ ਪੂਰੀ ਕੀਤੀ ਸੀ ਪੈਸਾ ਇਕੱਠਾ ਕੀਤਾ ਪੇਪਰ ਅਨਾਊਂਸ ਕਰਤਾ 500-700 ਪੋਸਟ ਹੈ ਲੱਖਾਂ ਦਾ ਫਾਰਮ ਭਰਿਆ ਗਿਆ ਕੋਈ ਸਹੂਲਤ ਨਹੀਂ ਧੁੱਪੇ ਖੜ ਰਹੇ ਆ ਪਾਣੀ ਗਰਮ ਪੀ ਰਹੇ ਆ ਕੋਈ ਇਹਦੇ ਸਹੂਲਤ ਨੀ ਕੋਈ ਪਾਣੀ ਦੀ ਨੀ ਕੋਈ ਅੰਦਰ ਵਾਸ਼ਰੂਮ ਦੀ ਨੀ ਲੜਕੇ ਤੇ ਚਲੋ ਬਾਹਰ ਜਾ ਲੜਕੇ ਨੂੰ ਤੋਂ ਅੰਦਰ ਐਂਟਰੀ ਨੀ ਹੈਗੀ ਬਾਕੀ ਭਰਤੀ ਹੋਣ ਤੋਂ ਬਾਅਦ ਜਿਹਨਾਂ ਦੀ ਕੰਡੀਸ਼ਨ ਹੈ ਕਿ ਰੈਗੂਲਰ ਜਾਂਦਾ ਰੈਗੂਲਰ ਨਹੀਂ ਸਾਲ ਡੇਢ ਸਾਲ ਦਾ ਸਿਸਟਮ ਹੈ ਅੱਛਾ ਇਸ ਬਾਰੇ ਚਲੋ ਆ ਤਾਂ ਹੋ ਗਈ ਗੱਲਬਾਤ ਉਮੀਦ ਪੂਰੀ ਵੀ ਰਿਜ਼ਲਟ ਆ ਜਾਊਗਾ ਉਮੀਦ ਰੱਖ ਕੇ ਆਏ ਕਿ ਆਊਗਾ ਫਰਕ ਏਦਾਂ ਸੀ ਜੀ ਗਵਰਨਮੈਂਟ ਚੇਂਜ ਹੋਈ ਨਵੇਂ ਰੂਲ ਆਣ ਕੇ ਰੂਲ ਉਹੀ ਰਹਿ ਗਿਆ ਉਦੋਂ ਵੀ ਜ਼ਿਆਦਾ ਬਿਜ਼ਨਸ ਤੋਂ ਗੰਦਾ ਹੋ ਗਿਆ ਪਟਵਾਰੀ ਲੱਗ ਗਏ ਜੇ ਆਪਾਂ ਜੋਬ ਲੱਗ ਵੀ ਗਏ ਪਰਮਾਤਮਾ ਮੇਰੇ ਤੋਂ ਲੱਗ ਜੋ ਸਾਵੇ ਠੀਕ ਹੈ ਵੀ ਫਿਰ ਆਪਾਂ ਸੱਦੀਏ ਫਿਊਚਰ ਸਿਕਿਓਰ ਫਿਰ ਤਾਂ ਸਿਕਿਓਰ ਆਈ ਉਹ ਤਾਂ ਹੁਣ ਆਪਦੇ ਹੱਥ ਦਾ ਸਦਾ ਜੀ ਕਰਾਂਗੇ ਤਾਂ ਆਪ ਹੁਣ ਆਪ ਤਾਂ ਸਹੀ ਉਮੀਦ ਲੈ ਕੇ ਆਏ ਆ ਵੀ ਚਲੋ ਸਾਡਾ ਹੋਵੇ ਕੁਛ ਹੱਲ ਹੋ ਜੂਗਾ ਤੇ ਚਲੋ ਗਾਹ ਫਿਊਚਰ ਵਧੀਆ ਬਣ ਜੂਗਾ ਬੇਰੁਜ਼ਗਾਰੀ ਹੋਈ ਪਈ ਆ ਸਭ ਨੂੰ ਝਾਕ ਆਈ ਵੀ ਸਾਨੂੰ ਕੁਛ ਨਾ ਕੁਛ ਮਿਲ ਜੇ ਵਧੀਆ ਫਿਊਚਰ ਸਾਡਾ ਬਣ ਜੇ ਹੁਣ ਅਗਲਾ ਜ਼ਿਆਦਾ ਤੋਂ ਜ਼ਿਆਦਾ ਪੋਸਟ ਇਸ ਕਰਕੇ ਭਰ ਰਿਹਾ ਜੀ ਵੀ ਮੇਰਾ ਫਿਊਚਰ ਬਣ ਜੂਗਾ ਕੱਲ੍ਹ ਨੂੰ ਜੇ ਕੁਛ ਬਣ ਜਾਏ ਬਾਕੀ ਸਰਕਾਰ ਦਾ ਹੁਣ ਚਾਹੀਦੀਆਂ ਪੋਸਟਾਂ ਜ਼ਿਆਦੀਆਂ ਕੱਢੇ ਤੇ ਸਭ ਨੂੰ ਰੁਜ਼ਗਾਰ ਮਿਲੇ ਬਾਹਰ ਵੀ ਲੋਕ ਤਾਂ ਜਾ ਰਹੇ ਆ ਕਿ ਇੱਥੇ ਰੁਜ਼ਗਾਰ ਨਹੀਂ ਸਹੀ ਮਿਲ ਰਿਹਾ ਬਾਕੀ ਹੁਣ ਉਮੀਦ ਲੈ ਕੇ ਸਾਰੇ ਆਏ ਬਣੇ ਸਰ ਇੱਕ ਨਾ ਸੋਰਸ ਆਫ ਇਨਕਮ ਆਈ ਗਵਰਨਮੈਂਟ ਨੂੰ ਵੀ ਪਤਾ ਬੇਰੁਜ਼ਗਾਰੀ ਅੰਕੜਾ ਕਿੰਨੀ ਬੇਰੁਜ਼ਗਾਰੀ ਹੈ ਸਾਡੇ ਠੀਕ ਹੈ ਕਿੰਨੀ ਕੁ ਅਸੀਂ ਪੋਸਟ ਕੱਢ ਰਹੇ ਹਾਂ ਇਹਨੇ ਜਨਰਲ ਪੋਸਟ ਕਿੰਨੀ ਹੈਗੀ ਹੈ ਵੇਖੋ ਠੀਕ ਹੈ ਜਨਰਲ ਤਾਂ 43,400 ਗਈ ਗਵਰਨਮੈਂਟ ਨੂੰ ਪਤਾ ਬੇਰੁਜ਼ਗਾਰੀ ਅੰਕੜਾ ਕਿੰਨਾ ਹੈ ਕਿੰਨੀ ਕੁ ਪੋਸਟ ਕੱਢ ਰਹੇ ਹਾਂ ਅਤੇ ਕੀ ਇਹਦਾ ਬਣਿਆ ਕਿ ਸੋਰਸ ਆਫ ਇਨਕਮ ਹੈ 1,000 ਰੁਪਈਆ ਫਾਰਮ ਹੈ 1,00,000 ਰੁਪਈਆ ਇਕੱਠਾ ਹੋ ਗਿਆ ਚਲੋ ਜੀ ਠੀਕ ਹੈ ਪੇਪਰ ਦਿੱਤਾ ਹੁਣ ਪੇਪਰ ਦਾ ਬਾਅਦ 'ਚ ਰੱਬ ਰੱਖਾ ਵੀ ਕੀ ਰਿਜ਼ਲਟ ਆਉਣਾ ਵੀ ਹੈ ਕਿ ਨਹੀਂ ਆਉਣਾ ਹੈ ਬਸ ਕਦੀ ਕਦੇ ਰਿੱਟ ਪੈ ਗਈ ਫਾਰਮ ਦਾ ਪੈ ਗਿਆ ਬਸ ਕਿੱਦਾਂ ਲਮਕੇ ਦਾ ਕੰਮ ਜੀ ਮੇਰੇ ਮੁਕਤਸਰ ਜਿਆਦਾ ਮੇਰੇ 500 ਕਾਲਜ ਬੰਦ ਹੀ ਹੋ ਗਈ ਅੱਛਾ ਹਾਂਜੀ ਬੰਦ ਹੀ ਹੋ ਗਈ ਜਿਹੜੇ ਵੀ ਕਾਲਜ ਸਟੂਡੈਂਟ ਨਹੀਂ ਦੇ ਗਿਆ
ਉਮੀਦ ਹੈਗੀ ਆ ਨੌਕਰੀ ਦੀ ਜਿਹਨੂੰ ਤੇ ਪੇਪਰ ਨਿਕਲ ਜੂਗਾ ਨਹੀਂ ਉਮੀਦ ਤਾਂ ਬੱਚਿਆਂ ਤੇ ਹੀ ਹੈ ਨਹੀਂ ਉਹ ਬੱਚਿਆਂ ਦੇ ਤਾਂ ਹੈਗੀ ਆ ਕਈ ਵਾਰ ਐਂ ਹੁੰਦਾ ਨਾ ਵੀ ਉਹ ਕੋਰਟ ਕੇਸ ਲੱਗ ਗਿਆ ਜੀ ਪੇਪਰ ਕੈਂਸਲ ਹੋ ਗਿਆ ਜੇ ਫਿਰ ਦੁੱਖ ਹੁੰਦਾ ਜਦੋਂ ਇੱਦਾਂ ਦੀ ਖਬਰਾਂ ਸੁਣਦੇ ਆ ਉਹ ਤਾਂ ਹੈਗਾ ਜੀ ਦੁੱਖ ਤਾਂ ਆਉਂਦਾ ਹੀ ਹੈ ਬੱਚਾ ਇੰਨੀ ਤਿਆਰੀ ਕਰਕੇ ਆਉਂਦਾ ਹੈ ਅਪੀਲ ਕਰਨੀ ਚਾਹੁੰਦੀ ਤੇ ਬੱਚਿਆਂ ਨੂੰ ਪੇਪਰ ਲੈਣੇ ਤੇ ਨੇੜੇ ਕਿਤੇ ਲੈ ਲੈਣੇ ਆਮ ਬੰਦਿਆਂ ਨੂੰ ਸੌਖਾ ਚਾਰ ਚਾਰ ਪੰਜ ਪੰਜ ਹਜ਼ਾਰ ਰੁਪਇਆ ਇੱਕ ਬੱਚੇ ਦਾ ਖਰਚਾ ਹੀ ਆ ਗਿਆ ਅੱਗੇ ਪਤਾ ਨਹੀਂ ਅਜੇ ਸਰਕਾਰ ਕੁਛ ਦਿੰਦੀ ਹੈ ਜਾਂ ਨਹੀਂ ਦਿੰਦੀ ਉਮੀਦ ਤਾਂ ਹੁਣ ਉਮੀਦ ਲੈ ਕੇ ਆਏ ਆ ਦੇਖੋ ਉਮੀਦਾਂ ਦੇ ਖਰੇ ਜਵਾਕ ਬੜੇ ਬੇਰੁਜ਼ਗਾਰੀ ਕਰਕੇ ਜਾਂਦੇ ਜਦੋਂ ਇੱਥੇ ਕੁਛ ਹੈਗਾ ਨਹੀਂ ਕੀ ਕਰਨਗੇ ਦੇਖੋ ਜੇ ਚੰਗਾ ਕਰਨਗੇ ਤਾਂ ਆਉਣ ਵਾਲੇ ਸਮੇਂ ਨੂੰ ਇਹਨਾਂ ਦੀ ਫਿਰ ਸਰਕਾਰ ਆ ਜੂ ਮਾੜਾ ਕਰਨਗੇ ਤਾਂ ਪੁੱਛਾਂਗੇ ਨੀ ਤੁਰੇ ਮੇਰੇ ਸਵਾਲ ਪੁੱਛਣ ਦਾ ਮਕਸਦ ਹੈ ਵੀ ਕਿਸੇ ਨੂੰ ਲਾਈਫ ਦੇ ਵਿੱਚ ਸੇਧ ਮਿਲ ਜਾਵੇ ਤੇ ਪੈਟਰਨ ਕੀ ਹੈ ਤੁਹਾਡੇ ਪੜਨ ਦਾ ਪੈਟਰਨ ਦਾ ਤਿੰਨ ਘੰਟੇ ਰੋਜ਼ ਮੈਥ ਕਰੋ ਤਿੰਨ ਰੀਜ਼ਨਿੰਗ ਤੇ ਕਰੰਟ ਅਫੇਅਰ ਲਈ ਜ਼ਿਆਦਾਤਰ ਅਖਬਾਰ ਪੜ੍ਹੋ ਦਾ ਹਿੰਦੂ ਅਤੇ ਇੰਗਲਿਸ਼ ਦਾ ਵੱਧ ਤੋਂ ਵੱਧ ਅਖਬਾਰ ਕਰੋ ਅਤੇ ਰੀਡਿੰਗ ਕਰੋ ਜ਼ਿਆਦਾਤਰ ਇੰਗਲਿਸ਼ ਨੂੰ ਅਤੇ ਪੰਜਾਬ ਜੀਕੇ ਦਾ ਸਾਡਾ ਪੰਜਾਬ ਜੀਕੇ ਨੂੰ ਪੜ੍ਹੋ ਜ਼ਿਆਦਾ ਤੋਂ ਜ਼ਿਆਦਾ ਮਤਲਬ ਰਿਵੀਜ਼ਨ ਕਰੋ ਜ਼ਿਆਦਾ ਰਿਵੀਜ਼ਨ ਉਮੀਦਾਂ ਪੂਰੀਆਂ ਨੇ ਅੱਜ ਹਾਂਜੀ ਪਹਿਲੀ ਵਾਰੀ ਪੇਪਰ ਦੇਣ ਆਏ ਹੋ ਪਹਿਲਾਂ ਵੀ ਦਿੱਤੇ ਪਹਿਲਾਂ ਵੀ ਦਿੱਤਾ ਪਰ ਪਟਵਾਰੀ ਦਾ ਨਹੀਂ ਦਿੱਤਾ ਸੀਗਾ ਅੱਛਾ ਹੋਰ ਦਿੱਤੇ ਆ ਹੋਰ ਕਿਹੜਾ ਦਿੱਤਾ ਸੀ ਪੇਪਰ ਇੱਕ ਤਾਂ ਆਪਾਂ ਕਲਰਕ ਦਾ ਦਿੱਤਾ ਸੀ ਇੱਕ ਦਿੱਤਾ ਸੀਗਾ ਸਬ ਇੰਸਪੈਕਟਰ ਅੱਛਾ ਤੇ ਪੈਟਰਨ ਸੇਮ ਹੁੰਦਾ ਇਹਨਾਂ ਦਾ ਸਟੱਡੀ ਦਾ ਜਾਂ ਕਿੱਦਾਂ ਡਿਫਰੈਂਸ ਹੁੰਦੇ ਆ ਨਹੀਂ ਸੇਮ ਹੁੰਦਾ ਸਭ ਪੇਪਰ ਅੱਛਾ ਜੀ ਮਤਲਬ ਤਿਆਰੀ ਇੱਕ ਨਾ ਕਰੋ ਮਿੱਠਾ ਜ਼ਿਆਦਾ ਲੈ ਲਓ ਹਾਂਜੀ ਅੱਛਾ ਬਸ ਵੱਧ ਤੋਂ ਵੱਧ ਤਿਆਰੀ ਕਰਨੀ ਤਾਂ ਹੀ ਮਿਹਨਤ ਕਰਨੀ ਜਿੰਨੀ ਉਨੀ ਜਲਦੀ ਨੌਕਰੀ ਕਮੀ ਕਿੱਥੋਂ ਆਏ ਹੋ ਹੋਪ ਨਾਲ ਹੀ ਸਾਰਾ ਕੁਛ ਕਾਇਮ ਆ ਕਿੰਨੇ ਕਿਲੋਮੀਟਰ ਪੈ ਗਿਆ ਸੀ ਸੌਖਾ ਬੜੀ ਛੇਤੀ ਆਪਣੇ ਯੂਨੀਵਰਸਿਟੀਆਂ ਚੋਂ ਸਾਰੇ ਪਾਸੇ ਇੱਕ ਆਇਲਸ ਵੱਲ ਬੜੇ ਭੱਜ ਰਹੇ ਆ ਲੋਕੀ ਦੇਖ ਰਹੇ ਵੀ ਐਗਜ਼ਾਮ ਆ ਰਹੇ ਜਾਂ ਨਿਕਲ ਵੀ ਰਹੇ ਆ ਪਰ ਫਿਰ ਵੀ ਲੋਕੀ ਬਾਹਰ ਵੱਲ ਐਗਜ਼ਾਮ ਉਹਦੇ ਵੱਲ ਹਾਂਜੀ ਚੇਂਜ ਦਾ ਜੋ ਹਾਲਤ ਸਾਹਮਣੇ ਬੱਚੇ ਗ੍ਰੈਜੂਏਟ ਪੋਸਟ ਗ੍ਰੈਜੂਏਟ ਇੱਥੇ ਤੇ ਰੋਲਡੇ ਜੋ ਜੋਬ ਵਾਸਤੇ ਕੋਈ ਕੰਮ ਨਹੀਂ ਮਿਲਦਾ ਸੋਚਾ ਕਿ ਬੱਚੇ ਪ੍ਰੈਫਰ ਕਰਦੇ ਕਿ ਪਲੱਸ ਟੂ ਕਰਕੇ ਬਾਅਦ ਚਲੇ ਜਾਣਾ
अपने इलाके दे मेल तां हो गया कुछ पेपर की डेट आई कुछ जानके पटवारी का लेट एक प्रोग्राम भी हूँ भी जिम्मे सरकार कहती है भी अभी रुजगार के मौके पैदा करते हैं रुजगार के हूँ एक तो पास वेख लो कि एक एक हज़ार रुपया दे के जबकि फीस इन्हों की भर दूसरी गल है भी हजार तो उपर ज्यादा खर्चा इन्हों का आता है तो उस तो बाद खजल दुआरी बड़ी आ जाती है खजल दुआरी ज्यादा आ जाती है फिर कई बच्चे तो एबसेंट भी रह जाते हैं कई हॉस्पिटल हॉस्पिटल थोड़ा नहीं बैठ हाँ जी हाँ जी बैठ नहीं तो ठीक है कई बच्चे इस करके भी पेपर देने तो रह जाते हैं इस करके फिर सरकार को यह चाहिए है भी उन्होंने जानी कि उन्होंने इंतजाम उन्होंने लोकल शहर में किया जाए।